ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਵੇਂ ਵਲੌਗ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਦੇ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਸਵੇਰ ਦੇ 8:15 ਵਜੇ ਦੇ ਟਾਈਮ ਤੋਂ, ਅਤੇ ਮੱਝਾਂ ਆਪਣੀਆਂ ਖਾ ਰਹੀਆਂ ਪੱਠੇ, ਮੈਂ ਇਹ ਇੱਧਰ ਡੰਗਰਾਂ ਵੱਲ, ਅਤੇ ਗਾਂ ਦੀ ਧਾਰ ਮੈਂ ਕੱਢ ਲਈ। ਸਵੇਰੇ ਸਵੇਰੇ ਮੇਰੀ ਡਿਊਟੀ ਹੁੰਦੀ ਹੈ ਧਾਰਾਂ ਕੱਢਣੀਆਂ, ਅਤੇ ਸਭ ਤੋਂ ਪਹਿਲਾਂ ਮੈਂ ਗਾਂ ਦੀ ਧਾਰ ਕੱਢ ਕੇ ਜੱਗ 'ਚ ਅਤੇ ਰੱਖ ਆਇਆ ਘਰ ਦੁੱਧ, ਕਿਉਂਕਿ ਗਾਂ ਥੋੜ੍ਹਾ ਹੀ ਦਿੰਦੀ ਹੈ, ਮਤਲਬ 1.5 ਕਿਲੋ। ਅਤੇ ਗਾਂ ਨੂੰ ਵਧੀਆ ਰੱਸਾ ਪਾ ਕੇ ਪੈਰ ਬੰਨ੍ਹ ਕੇ ਅਤੇ ਇਕੱਲਾ ਬੰਦਾ ਚੋ ਲੈਂਦਾ, ਪਰ ਮੱਝਾਂ ਦੀ ਧਾਰ ਲਈ ਮੈਂ ਵੇਟ ਕਰ ਰਿਹਾ ਇਹ ਭਾਬੀ ਜੀ ਹੁਣਾਂ ਦੀ ਹੈ, ਕੋਈ ਆਟਾ ਪਾਊਗਾ ਨਾਲ ਅਤੇ ਫਿਰ ਮੈਂ ਧਾਰ ਕੱਢੂੰਗਾ। ਇਹਨੂੰ ਕਹਿੰਦੇ ਪਹਾੜਾ, ਆਹ ਦੇਖੋ ਆਟਾ ਰੱਖ ਲਿਆ, ਅਤੇ ਉਹ ਆਪਾਂ ਬਾਲਟੀ 'ਤੇ ਜੱਗ ਆਪਣਾ ਲੀਟਰ ਰੱਖ ਲਿਆ ਉੱਥੇ, ਅਤੇ ਉਡੀਕ ਕਰ ਰਿਹਾ ਵੀ ਕੋਈ ਆਵੇ ਅਤੇ ਪਹਾੜਾ ਪਾਵੇ, ਅਤੇ ਸਭ ਆਪੋ ਆਪਣੇ ਕੰਮਾਂ 'ਚ ਬਿਜੀ ਸਵੇਰੇ ਸਵੇਰੇ। ਅਤੇ ਆਹ ਮੱਝ ਦੀ ਧਾਰ ਕੱਢਣੀ ਅਤੇ ਉਹ ਵਾਲੀ ਦੀ ਥੋੜ੍ਹਾ ਥੋੜ੍ਹਾ ਦਿੰਦੀਆਂ ਇਹ, ਹੁਣ ਵਾਹਵਾ ਚਿਰ ਹੋ ਗਿਆ ਸੁਣ ਵਾਲੀ ਨੂੰ। ਆਹ ਮੱਝ ਆਪਣੀ ਸੁਣ ਵਾਲੀ, ਇਹ ਵਿਚਾਰੀ ਠੀਕ ਨਹੀਂ ਹੈ, ਅਜੇ ਚੰਗੀ ਤਰ੍ਹਾਂ ਨਹੀਂ ਹੋਈ ਠੀਕ, ਅਤੇ ਵਾਹਿਗੁਰੂ ਕਿਰਪਾ ਕਰਨ ਠੀਕ ਹੋ ਜਾਵੇ। ਬਾਕੀ ਸਭ ਡੰਗਰ ਪੱਠੇ ਖਾ ਰਹੇ ਆ, ਪਰ ਆਹ ਵਿਚਾਰੀ ਅਜੇ ਬੈਠੀ, ਇਹ ਨਹੀਂ ਖਾ ਰਹੀ। ਅਤੇ ਉੱਧਰ ਭੈਲੀ ਪੁਲੀ ਵਾਹੁਣ ਦੀ ਤਿਆਰੀ ਕਰ ਰਹੇ ਨੇ ਵੀਰਜੀਤ ਸਤਵਿੰਦਰ। ਅਤੇ ਪਹਿਲੇ ਪਸਮਾਉਣੀ ਪੈਂਦੀ ਮੱਝ, ਥੋੜ੍ਹਾ ਜਿਹਾ ਟਾਈਮ ਲੈਂਦੀ 2-3 ਮਿੰਟ, ਉਸ ਤੋਂ ਬਾਅਦ ਪਸਮ ਜਾਂਦੀ ਹੈ ਅਤੇ ਫਿਰ ਆਪਾਂ ਕੱਢ ਲਈਦਾ ਧਾਰ। ਅਤੇ ਹੁਣ ਮੱਝ ਪਸਮ ਗਈ ਸੀ, ਅਤੇ ਭਾਬੀ ਜੀ ਅੱਗੇ ਆਟਾ ਪਾ ਰਹੇ ਨੇ, ਅਤੇ ਉਹਦੇ ਲਾਲਚ ਨੂੰ ਚਲੋ ਪਸਮ ਜਾਂਦੀ ਅਤੇ ਦੇਈ ਜਾਂਦੀ, ਕਿਉਂਕਿ ਇਹਨਾਂ ਦੇ ਕਰੂਟ ਮਰ ਗਏ ਸੀ ਛੇਤੀ। ਅਤੇ ਹੁਣ ਮੈਂ ਕੱਢ ਲੈਣਾ ਇੱਦਾਂ ਦੋਨਾਂ ਦੀ ਧਾਰ, ਅਤੇ ਲਓ ਜੀ ਦੋਨਾਂ ਦੀ ਧਾਰ ਕੱਢ ਲਈ ਇੱਥੇ ਮੈਂ, ਅਤੇ ਦੁੱਧ ਥੋੜ੍ਹਾ ਹੀ ਦਿੰਦੀਆਂ ਹੁਣ। ਅਤੇ ਆਹ ਨਾ ਪੂਛ ਬੰਨੀ ਹੁੰਦੀ ਹੈ, ਪੂਛ ਗੰਦੀ ਹੁੰਦੀ ਅਤੇ ਬਹੁਤ ਮਾਰਦੀਆਂ ਹੈ, ਤੜਫਦੀਆਂ ਰਹਿੰਦੀਆਂ, ਦੋਨਾਂ ਦੀ ਪੂਛ ਮੈਂ ਹੁਣ ਖੋਲ੍ਹ ਦਿੰਦਾ ਹੈ, ਅਤੇ ਦੁੱਧ ਹੁਣ ਬਹੁਤ ਥੋੜ੍ਹਾ ਹੋ ਗਿਆ ਹੈ। ਅਤੇ ਹੁਣ ਮੈਂ ਪਰਨਾ ਪੁਰਨਾ ਬੰਨ ਕੇ ਤਿਆਰੀ ਕਰ ਲਈ, ਕਿਉਂਕਿ ਮੈਂ ਚੱਲਿਆ ਮਹਿੰਗਾ, ਪਰ ਮੇਰੀ ਭੈਣ ਦੇ ਅੱਜ ਨਾ ਦਾੜ ਦਰਦ ਕਰਦੀ ਬਹੁਤ ਜ਼ਿਆਦਾ, ਸਾਰੀ ਰਾਤ ਹੀ ਕਰਦੀ ਰਹੀ, ਅਤੇ ਉਹ ਵੀਰ ਜੀ ਨਾਲ ਚਲੇ ਗਈ ਪਹਿਲੇ, ਅਤੇ ਮੈਂ ਹੁਣ ਉਹਨੂੰ ਲੈ ਕੇ ਆਊਂਗਾ ਵਾਪਸ, ਅਤੇ ਚੱਲਦੇ ਹਾਂ ਫਿਰ ਆਪਾਂ ਮਹਿੰਗਾ ਪਰ ਆਪਣੇ ਅੱਡੇ 'ਤੇ। ਅਤੇ ਆਹ ਵੱਡੇ ਵੀਰ ਜੀ ਦੇ ਘਰ ਅਸੀਂ ਆਏ ਸੀ ਦਵਾਈ ਦਵਾ ਕੇ, ਅਤੇ ਫਿਰ ਇੱਧਰ ਆ ਗਏ ਸੀ ਥੋੜ੍ਹਾ ਚਿਰ, ਅਸੀਂ ਆਖਿਆ ਚਲੋ ਘੁੰਮ ਜਾਂਦੇ ਹਾਂ। ਅੱਜ ਇੱਧਰ ਖੇਤ ਹੈ ਫੁੱਫੜ ਜੀ ਹੋਣਾ ਦਾ, ਅਤੇ ਇਹ ਵੀਰ ਜੀ ਦਾ ਅੱਧਾ, ਅਤੇ ਇਹ ਮਹਿੰਗਾ ਪਰ ਤੋਂ ਅੱਗੇ ਪਿੰਡ ਹੈ, ਉੱਚਾ ਪਿੰਡ ਹੈ, ਅਤੇ ਇੱਥੇ ਆ ਖੇਤ ਜੀ ਉਹਨਾਂ ਦਾ, ਅਤੇ ਇੱਥੇ ਲਾਗੇ ਹੀ ਚਾਚਾ ਜੀ ਦਾ ਘਰ ਆ, ਮੇਰੇ ਫੁੱਫੜ ਜੀ ਦੇ ਭਰਾ ਦਾ ਘਰ। ਇੱਧਰ ਇੱਧਰ ਵੀ ਜਾਵਾਂਗੇ ਥੋੜ੍ਹਾ ਥੋੜ੍ਹਾ ਚਿਰ। ਅਤੇ ਹੁਣ ਅਸੀਂ ਆ ਗਏ ਸੀ ਘਰ ਦੋਸਤੋ, ਅਤੇ ਅਸੀਂ ਵਾਹਵਾ ਅੱਜ ਘੁੰਮ ਆਏ ਚਲੋ ਨਾਲ ਦਵਾਈ ਦਵਾ ਕੇ, ਉੱਧਰ ਵੀ ਹੋ ਆਏ। ਅਤੇ ਹੁਣ ਦੇਖਦੇ ਹਾਂ ਆਪਣੇ ਅਗਲੇ ਕੰਮ ਕਾਰ, ਫਰਕ ਹੈ ਹੁਣ, ਸਾਰੀ ਰਾਤ ਮਰ ਗਈ ਦਵਾਈ, ਇਹ ਬੜੀ ਭੈੜੀ ਹੁੰਦੀ ਦਰਦ, ਮੇਰੇ ਵੀ ਹੁੰਦੀ ਸੀ, ਮੇਰੇ ਵੀ ਹੁੰਦੀ ਸੀ, ਉਹ 5 ਸਾਲ ਮੇਰੇ ਪੂਰੇ, ਬਹੁਤ ਜਦੋਂ ਕਿਸੇ ਦੀ ਹੁੰਦੀ ਹੈ ਨਾ ਬਰਫ਼ ਦੀ ਟਕੋਰ ਕਰ ਲੈ, ਮੈਨੂੰ ਪਤਾ ਨਾ ਸਾਰੀ ਰਾਤ ਬੰਦਾ ਤੜਫ ਤੜਫ ਕੇ ਮਰ ਜਾਂਦਾ। ਅਤੇ ਆਹ ਚੁੱਲ੍ਹੇ 'ਤੇ ਰੱਖਿਆ ਦੁੱਧ ਕਾੜਨ ਵਾਸਤੇ, ਮੱਠੀ ਮੱਠੀ ਅੱਗ 'ਤੇ ਕੱਢਦਾ ਰਹਿੰਦਾ ਹੈ, ਅਤੇ ਜਦੋਂ ਕੱਢ ਜਾਂਦਾ ਚੰਗੀ ਤਰ੍ਹਾਂ ਅਤੇ ਉੱਤੇ ਮੋਟੀ ਜਿਹੀ ਮਲਾਈ ਆ ਜਾਂਦੀ ਹੈ, ਅਤੇ ਥੱਲੇ ਕੱਢ ਜਾਂਦਾ ਅਤੇ ਉਹ ਮਲਾਈ ਦਾ ਬਣ ਜਾਂਦਾ ਮੱਖਣ, ਅਤੇ ਬਾਕੀ ਥੋੜ੍ਹਾ ਪੀ ਲੈਂਦੇ ਰਾਤ ਨੂੰ, ਥੋੜ੍ਹਾ ਜਿਹਾ ਦਹੀਂ ਬਣਾ ਲੈਂਦੇ ਅੱਧੇ ਦਵਾਈ ਦਾ। ਹਾਂ ਠੀਕ ਆ, ਇਹ ਕਿੱਦਾਂ ਗੱਲ 'ਚ ਗੱਲ 'ਚ ਲਾਉਣਾ, ਰੂਮ 'ਚ ਧਰਨਾ, ਲਾ ਲਾ ਵੇਖੀ, ਆਹ ਦਵਾਈ ਬੜੀ ਮਿਲ ਗਈ, ਫੰਡ ਦਵਾਈ ਦੀ ਦੇਤੀ, ਚਲੋ ਕੜ। ਹਾਂ ਦੇਖੋ ਜੀ ਟੀਕਾ ਦੇਤਾ ਡਾਕਟਰ ਨੇ। ਅਤੇ ਆਹ ਦੋਸਤੋ ਛੋਟੇ ਸੰਤਰੇ, ਇਹਨਾਂ ਨੂੰ ਕਹਿੰਦੇ ਬਿਲਕੁਲ ਸੰਤਰਿਆਂ ਵਰਗੇ, ਛੋਟੇ ਛੋਟੇ ਇਹਦੇ ਵਿੱਚ ਚੂੜੀਆਂ ਜਿਹੜੀਆਂ ਸੰਤਰਿਆਂ ਵਰਗੀਆਂ, ਪਰ ਖੱਟੇ ਜਿਹੇ ਹੁੰਦੇ ਜਿਵੇਂ, ਅਤੇ ਇਹਦਾ ਬਹੁਤ ਸਵਾਦ ਅਚਾਰ ਬਣਦਾ ਹੈ, ਅਤੇ ਇਹਦਾ ਨਾ ਜੂਸ ਵੀ ਬਹੁਤ ਵਧੀਆ ਬਣਦਾ ਹੈ।
ਅਤੇ ਇਹ ਦੀਦੀ ਹੁਣੀ ਲੈ ਕੇ ਆਏ ਸੀ ਕੱਲ੍ਹ ਆਏ ਪੰਜ ਅੱਧ ਦੀਦੀ ਅਤੇ ਆਹ ਦੇਖੋ ਜੀ ਇਹਦਾ ਅਸੀਂ ਬਣਾਵਾਂਗੇ ਚਾਰ ਅਤੇ ਮੈਨੂੰ ਬਹੁਤ ਪਸੰਦ ਇਹਦਾ ਚਾਰ ਸਾਰੇ ਮਤਲਬ ਸਾਗ ਨਾਲ ਬਹੁਤ ਵਧੀਆ ਲੱਗਦਾ ਅਤੇ ਆ ਮੈਨੂੰ ਮਿਲ ਗਏ ਛੁਹਾਰੇ ਮੈਂ ਕਿਹਾ ਇੱਕ ਛੁਹਾਰਾ ਖਾਂਦੇ ਹਾਂ ਅਤੇ ਦੋਸਤੋ ਮੈਂ ਆ ਗਿਆ ਆਪਣੀ ਭੈਣ ਦੀ ਦਵਾਈ ਦਵਾ ਕੇ ਅਤੇ ਇਹ ਚਲੇ ਗਏ ਸੀ ਵੀਰ ਜੀ ਨਾਲ ਸਵੇਰੇ ਉਹ ਦੁਕਾਨ 'ਤੇ ਜਾਂਦੇ ਨੇ ਅਤੇ ਕਿਰਨ ਜਾਂਦੀ ਹੈ ਕਾਲਜ ਅਤੇ ਮੈਂ ਫਿਰ ਲੈਣ ਚਲੇ ਗਿਆ ਸੀ ਅਤੇ ਦਾੜ੍ਹ ਦਰਦ ਹੋਣ ਦੀ ਸਾਰੀ ਰਾਤ ਬਹੁਤ ਤੜਫਦੀ ਰਹੀ ਦਰਦ ਦੇ ਨਾਲ ਕਿਉਂਕਿ ਦਾੜ੍ਹ ਦੀ ਦਰਦ ਬਹੁਤ ਜ਼ਿਆਦਾ ਭੈੜੀ ਹੁੰਦੀ ਯਾਰ ਮੈਨੂੰ ਪਤਾ ਨਾ 5 ਸਾਲ ਮੇਰੇ ਵੀ ਦਰਦ ਇੱਦਾਂ ਜਦੋਂ ਹੁੰਦੀ ਬਹੁਤ ਜ਼ਿਆਦਾ ਤੜਫਦਾ ਹੁੰਦਾ ਸੀ ਜਦੋਂ ਮੈਂ ਪੰਜਾਬ ਜੋਬ ਕਰਦਾ ਸੀ ਅਤੇ ਉਸ ਤੋਂ ਬਾਅਦ ਮੈਂ ਜਦੋਂ ਇੱਥੇ ਆਇਆ ਆਪਣੇ ਦੇ ਫਿਰ ਮੈਂ ਕਢਾ ਲਈ ਸੀ 2-2.5 ਸਾਲ ਹੋ ਚੁੱਕੇ ਨੇ ਅਤੇ ਉਦੋਂ ਦੀ ਮੇਰੀ ਥੋੜ੍ਹੀ ਜਾਨ ਸੌਖੀ ਪਰ ਇੱਕ ਹੋਰ ਉਹਦੇ ਨਾਲ ਦਾੜ੍ਹ ਮੇਰੀ ਪਿਛਲੇ ਸਾਲ ਬਹੁਤ ਹੀ ਤੜਫਾ ਕੇ ਰੱਖਿਆ ਮੈਨੂੰ ਸਾਰੀ ਰਾਤ ਅਤੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਨਹੀਂ ਠੀਕ ਹੀ ਅਜੇ ਅਤੇ ਦਾੜ੍ਹ ਤਾਂ ਕਢਵਾ ਹੀ ਲਵੇ ਬੰਦਾ ਬਹੁਤ ਔਖਾ ਹੁੰਦਾ ਨਹੀਂ ਅਤੇ ਤੜਫ ਤੜਫ ਕੇ ਮਰ ਜਾਂਦਾ ਬੰਦਾ ਅਤੇ ਹੁਣ ਇਹ ਦਵਾਈ ਦਵਾ ਕੇ ਲਿਆਂਦੇ ਅਤੇ ਹੁਣ ਥੋੜ੍ਹਾ ਫਰਕ ਹੈ ਕਹਿੰਦੀ ਅਤੇ ਫਿਰ ਨਾਲੇ ਵੱਡੇ ਵੀਰ ਜੀ ਘਰ ਚਲੇ ਗਏ ਅਤੇ ਨਾਲੇ ਉੱਧਰ ਚਾਚੇ ਜੀ ਗਏ ਭਾਬੀ ਜੀ ਦੇ ਵੀ ਸੱਟ ਲੱਗੀ ਸੀ ਨਾ ਉਹਨਾਂ ਦਾ ਮਤਲਬ ਐਕਸੀਡੈਂਟ ਹੋ ਗਿਆ ਸੀ ਬਾਈਕ 'ਤੇ ਕੁੱਤਾ ਆ ਗਿਆ ਸੀ ਅੱਗੇ ਗੁਰਦੁਆਰਾ ਸਾਹਿਬ ਤੋਂ ਆ ਰਹੇ ਸੀ ਸਵੇਰੇ ਤੜਕੇ ਅਤੇ ਅਸੀਂ ਆਖਿਆ ਚਲੋ ਪਤਾ ਲੈ ਆਉਂਦੇ ਨਾਲੇ ਉੱਧਰ ਅਤੇ ਨਾਲੇ ਚਾਚਾ ਜੀ ਦਾ ਘਰ ਲੱਗ ਗਏ ਅਤੇ ਉੱਥੇ ਵੀ ਅਸੀਂ ਹੋ ਆਏ ਅੱਜ ਘੁੰਮ ਕੇ ਆਏ ਹਾਂ ਅਸੀਂ ਅਤੇ ਕਾਫੀ ਕੋਈ ਕਿਸੇ ਬਹਾਨੇ ਨਾਲ ਹੀ ਜਾਇਆ ਜਾਂਦਾ ਅਤੇ ਉਹ ਸਾਡੇ ਅੱਡੇ ਤੋਂ ਮਹਿੰਗਾਪੁਰ ਤੋਂ ਅੱਗੇ ਉਹਨਾਂ ਦਾ ਪਿੰਡ ਉੱਥੇ ਰਹਿੰਦੇ ਉੱਥੇ ਫੁੱਫੜ ਜੀ ਹੋਣਾਂ ਕੀ ਵੀ ਪੈਲੀ ਹੈ ਅਤੇ ਆਪ ਵੀ ਰਹਿੰਦੇ ਉਹ ਉੱਥੇ ਵੱਡੇ ਵੀਰ ਜੀ ਹੋਣੀ ਰਹਿੰਦੇ ਫੁੱਫੜ ਜੀ ਦਾ ਵੱਡਾ ਬੇਟਾ ਅਤੇ ਉਹਨਾਂ ਦਾ ਪਰਿਵਾਰ ਅਤੇ ਮੈਂ ਸਵੇਰੇ ਕੋਟੀ ਨਹੀਂ ਲਾਈ ਮੈਂ ਕਿਹਾ ਮੋਟਰਸਾਈਕਲ ਜਾਣਾ ਹਵਾ ਜੀ ਲੱਗੂਗੀ ਅਤੇ ਮੈਂ ਹੁਣ ਮੈਂ ਲਾ ਰਹਿੰਦਾ ਕੋਟੀ ਹੁਣ ਧੁੱਪ ਚੜੀ ਹਜੇ ਤੱਕ ਪਾਈ ਹੈ ਅਤੇ ਹੁਣ ਦੋਸਤੋ ਮੈਂ ਆ ਗਿਆ ਆਪਣੀ ਡਿਊਟੀ 'ਤੇ ਮੇਰਾ ਨਾ ਇੱਕ ਕਿਆਰੀ ਲਸਣ ਦੀ ਮੈਂ ਥੋੜ੍ਹੀ ਜਿਹੀ ਆ ਜਿਹੜਾ ਗੰਦ ਗੰਦ ਜਿਹਾ ਮੇਨ ਉੱਗਣ ਦਿਆ ਹੈ ਮੋਟਾ ਮੋਟਾ ਮੈਂ ਕਿਹਾ ਕੱਢ ਦਿੰਦਾ ਹੈ ਅਤੇ ਅਜੇ ਆਪਾਂ ਚੰਗੀ ਤਰ੍ਹਾਂ ਨਹੀਂ ਗੋਡਣਾ ਹਲਕਾ ਹਲਕਾ ਗੰਦ ਜਿਹਾ ਹੀ ਕੱਢਣਾ ਜਿਹੜਾ ਘਾਹ ਜਿਹਾ ਉੱਗ ਜਾਂਦਾ ਫਾਲਤੂ ਦਾ ਅਤੇ ਉਹ ਮੈਂ ਕਿਹਾ ਕੱਢਦਾ ਅਤੇ ਤਾਂ ਕਰਕੇ ਮੈਂ ਇੱਥੇ ਮੈਂ ਕਿਹਾ ਸ਼ੁਰੂ ਕਰ ਦਿੰਦਾ ਹੁਣ ਆਪਣਾ ਅਤੇ ਇੱਕ ਕਿਆਰੀ ਰਹਿ ਗਈ ਸੀ ਅੱਜ ਆਪਾਂ ਉਹ ਕਰਦੇ ਨੇ ਕੱਲ੍ਹ ਇੱਕ ਕੱਢਤੀ ਸੀ ਸਾਰੀ ਅਤੇ ਕਰ ਲਾਂ ਫਿਰ ਮੈਂ ਫਿਰ ਦੇਖਦੇ ਹਾਂ ਅੱਗੇ ਕੀ ਕਰਨਾ ਅਤੇ ਲਓ ਜੀ ਮੈਂ ਕਰ ਦਿੱਤੀ ਲਸਣ ਦੀ ਹਲਕੀ ਹਲਕੀ ਗੁਡਾਈ ਅਤੇ ਸਫਾਈ ਦੋਨੋਂ ਕਿਆਰੇ ਆਪਣੇ ਸਾਫ਼ ਹੋ ਗਏ ਆ ਅਤੇ ਉੱਧਰ ਮਟਰ ਆ ਆਪਣੇ ਉੱਗੇ ਅਤੇ ਬਾਕੀ ਸਬਜ਼ੀਆਂ ਦੀ 2-3 ਵਾਰ ਸਫਾਈ ਗੁਡਾਈ ਅਤੇ ਸਫਾਈ ਕਰ ਦਿੱਤੀ ਇੱਧਰ ਲਸਣ ਹੀ ਰਹਿ ਗਿਆ ਮੈਂ ਕਿਹਾ ਚਲੋ ਸ਼ੁਰੂਆਤ ਕਰ ਲੈਂਦੇ ਹਾਂ ਅਤੇ ਆਪਣਾ ਨਿਬੜ ਗਿਆ ਕੰਮ ਮੈਨੂੰ ਚੈਨ ਨਹੀਂ ਆਉਂਦਾ ਜਿੰਨਾ ਚਿਰ ਮੈਂ ਨਾ ਸਬਜ਼ੀਆਂ ਦੀ ਸਾਫ਼ ਸਫਾਈ ਨਾ ਕਰਦਾ ਕਿਉਂਕਿ ਸਵੇਰ ਦਾ ਹੀ ਥੋੜ੍ਹਾ ਟਾਈਮ ਹੁੰਦਾ ਹੈ ਅਤੇ ਅੱਜ ਮੈਂ ਚਲੇ ਗਿਆ ਪਹਿਲੇ ਉੱਧਰ ਮਹਿੰਗਾਪੁਰ ਅਤੇ ਹੁਣ ਆ ਕੇ ਮੈਂ ਕਿਹਾ ਚਲੋ ਆ ਕਰਕੇ ਫਿਰ ਹੁਣ ਮੇਰਾ ਕੰਮ ਹੈ ਡੰਗਰਾਂ ਦਾ ਪੱਠੇ ਪੁੱਠੇ ਬਣਾਉਣ ਦਾ ਵੱਢ ਕੇ ਪਾਉਣ ਦਾ ਅਤੇ ਹੁਣ ਆਪਾਂ ਸ਼ਾਮ ਤੱਕ ਉੱਧਰ ਹੀ ਬਿਜੀ ਹੋ ਜਾਣਾ ਅਤੇ ਦੋਸਤੋ ਹੁਣ 2 ਵਜੇ ਦਾ ਟਾਈਮ ਹੈ ਅਤੇ ਮੈਂ ਨਾ ਆ ਗਿਆ ਸੀ ਹਾਂ ਪੱਠੇ ਵੱਢਣ ਹਰੇ ਪੱਠੇ ਅਤੇ ਥੋੜ੍ਹੇ ਜਿਹੇ ਮੈਂ ਆ ਗੰਨੇ ਦੇ ਕਿਨਾਰੇ ਨਾਲ ਆ ਲਾ ਪੋਗੇ ਜਿਹੇ ਹਰੇ ਹਰੇ ਵੱਢ ਲਏ ਮੈਂ ਕਿਹਾ ਗੰਨਾ ਛਿੱਲੇ ਜਾਣਾ ਹੈ ਕਿਉਂਕਿ ਆਹ ਬਸ ਛਿੱਲ ਰਹੀ ਹੈ ਲੇਬਰ ਆ ਪਲਾਟ ਦੇ ਵਿੱਚ ਹੀ ਅਤੇ ਹੁਣ ਪੱਠੇ ਪੁੱਠੇ ਤਾਂ ਕਰਦਾ ਹੈ ਮੇਰੇ ਡੈਡੀ ਜੀ ਨੇ ਇਕੱਠੇ ਕਰਤੇ ਹੋਣੇ ਲੇਬਰ ਦੇ ਗੰਨਾ ਛਿੱਲ ਰਹੀ ਹੈ ਅਤੇ ਚੁੱਕ ਕੇ ਲਿਆਉਣੇ ਪੈਣੇ ਮੈਨੂੰ ਅਤੇ ਘਰ ਤੱਕ ਟੁੱਕੇ ਤੱਕ ਫਿਰ ਕੁਤਰੂੰਗਾ ਆਹ ਵੀ ਲੈ ਜਾਂਦਾ ਅਤੇ ਬਸ ਹੁਣ ਆਪਣਾ ਸ਼ਾਮ ਤੱਕ ਇਹੀ ਹੈ ਡੰਗਰਾਂ ਡੁੰਗਰਾਂ ਵੱਲ ਹੀ ਕੰਮ ਰੂਟੀਨ ਅਤੇ ਚਲੋ ਲੈ ਜਾਂਦੇ ਹਾਂ ਅਤੇ ਹੁਣ ਪੱਠੇ ਪੁੱਠੇ ਕੁਤਰ ਕੇ ਸਾਰਾ ਕੁਛ ਕੰਮ ਕਰਕੇ ਫਿਰ ਮਿਲਦੇ ਹਾਂ ਦੇਖੋ ਜੀ ਉਹ ਭਈਏ ਜਾ ਰਹੇ ਬਾਲਣ ਦੀਆਂ ਸਾਈਕਲ 'ਤੇ ਪੰਡਾਂ ਲੱਦ ਕੇ ਜੰਗਲ ਹੈ ਨਾ ਸਾਡੇ ਇੱਧਰ ਅਤੇ ਉੱਥੋਂ ਹੀ ਇਕੱਠੇ ਕਰਕੇ ਲੈ ਕੇ ਜਾ ਰਹੇ ਕਿੰਨੇ ਆ 2, 4, 5, 6, 7, 8, 9, 10 ਜਾਣੇ ਹੈ ਕਿੱਡੀ ਤਗੜੀ ਤਗੜੀ ਸੁੱਕਾ ਬਾਲਣ ਜਿਵੇਂ ਇਕੱਠਾ ਕਰਕੇ ਟਾਹਣੀਆਂ ਟੂਣੀਆਂ ਵੱਡੀਆਂ ਵੱਡੀਆਂ ਸਾਈਕਲਾਂ 'ਤੇ ਲੈ ਕੇ ਜਾ ਰਹੇ ਹੈ ਇਹ ਗਾਂ ਪਰੇ ਦੂਰ ਹੈ ਇਹਨਾਂ ਦਾ ਪਿੰਡ ਅਤੇ ਹੁਣ ਮੈਂ ਪੱਠੇ ਪੁੱਠੇ ਪਾ ਦਿੱਤੇ ਡੰਗਰ ਬੰਨ ਦਿੱਤੇ ਹੈ ਅਤੇ ਹੁਣ ਚਾਹ ਪੀਣ ਲੱਗਾ ਸੀ 3:30 ਵੱਜ ਚੁੱਕੇ ਸੀਗਾ ਪਤਾ ਮੈਨੂੰ ਅੱਜ ਕੀ ਤੇਰਾ ਹੈਪੀ ਬਰਥਡੇ ਹੈ ਮਰ ਜਾਣੀ ਹੈ ਹੈਪੀ ਬਰਥਡੇ ਲਿਆ ਕੱਢ ਪਾਰਟੀ
ਮੈਂ ਥੱਪੜ ਵਾ ਨਾ ਹਰ ਵਾਰੀ ਇਦਾਂ ਹੀ ਕਰਦੀ ਮੰਦਰੀਆ ਜੀ, ਹਰ ਵਾਰੀ ਇਦਾਂ ਕਰਦੀ। ਕਿੰਨੇ ਸਾਲਾਂ ਦੀ ਹੋ ਗਈ? 13 ਸਾਲਾਂ ਦੀ ਹੋ ਗਈ। ਮੈਂ ਸੋਚਿਆ 50 ਸਾਲਾਂ ਦੀ ਵੱਡੀ ਹੋ। ਮੈਡਮ ਤੇ ਆਈ ਨੀ ਤੁਹਾਡੀ ਅਜੇ ਕਾਲਜ ਚ ਪੜ੍ਹ ਕੇ? ਤੁਸੀਂ ਪਹਿਲੇ ਆ ਗਏ। ਅੱਜ ਕੁੜੀ ਦਾ ਬਰਥਡੇ ਹੈ ਦੋਸਤੋ, ਤੁਸੀਂ ਵੀ ਵਿਸ਼ ਕਰ ਦਿਓ ਕੁੜੀ ਨੂੰ। ਆਇਆ ਇਹਦਾ ਬਰਥਡੇ ਸਾਡੀ ਗੁਆਂਢੀਆਂ ਦੀ ਕੁੜੀ ਬੜੀ ਖਰਾਬ, ਕੁਛ ਨਹੀਂ ਖਵਾਉਂਦੀ, ਹਰ ਵਾਰੀ ਇੱਦਾਂ ਹੀ ਫੋਕਾ ਬਰਥਡੇ ਕਰ ਦਿੰਦੀ। ਹਾਂ ਹਾਂ, ਕੀ ਪਲਾਨ ਫਿਰ ਬਰਥਡੇ ਤੇ, ਕੀ ਖਵਾਉਣ ਦਾ ਪਲਾਨ? ਹਾਂ ਸੱਚੀ ਲੈ ਕੇ ਆਈ ਜਾਂ ਨਾਲ ਗਈ ਮੱਖੀ? ਆਪਣੀ ਬੈਸਟ ਫਰੈਂਡ ਨੂੰ ਪਾਇਆ ਸੁਰਜੀਤ ਨੂੰ ਕੁਛ? ਸੱਚੀ ਸੁਰਜੀਤ ਖੋਏ ਟੋਫੀ ਨਾ ਸਰ ਤਾਂ ਤੇ ਹੁਣ 4:30 ਦਾ ਟਾਈਮ ਹੋ ਚੁੱਕਿਆ ਹੈ ਦੋਸਤੋ, ਤੇ ਅੱਜ ਸਾਡੇ ਗੁਆਂਢੀਆਂ ਦੀ ਕੁੜੀ ਜਸ਼ਨ ਦਾ ਜਨਮ ਦਿਨ ਸੀ, ਤੇ ਬੱਚੇ ਟਿਊਸ਼ਨ ਪੜ੍ਹਨ ਆ ਗਏ ਸੀ ਅਤੇ ਕਿਰਨ ਕਾਲਜ 'ਚੋਂ ਨਹੀਂ ਆਈ, ਹੁਣ ਆ ਚੁੱਕੀ ਹੈ ਫੁੱਫੜ ਜੀ ਹੋਣਾਂ ਨਾਲ। ਅਤੇ ਠੀਕ ਹੈ ਦੋਸਤੋ, ਅੱਜ ਦਾ ਇਹੀ ਰੂਟੀਨ ਸੀ ਆਪਣਾ, ਅਤੇ ਕਰਦੇ ਹਾਂ ਇੱਥੇ ਵਲੋਗ ਨੂੰ ਸਮਾਪਤ। ਮਿਲਦੇ ਹਾਂ ਨਵੇਂ ਵਲੋਗ 'ਚ। ਜੇ ਵਲੋਗ ਚੰਗਾ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ, ਜੇ ਚੈਨਲ 'ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ। ਧੰਨਵਾਦ ਪੂਰਾ ਵਲੋਗ ਦੇਖਣ ਲਈ।